ਨਾਭਾ ਸ਼ਹਿਰ ਦੇ ਗੌਰਵ ਪਿਛਲੇ 20 ਦਿਨਾਂ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਬਲੱਡ ਕੈਂਸਰ ਦੀ ਬਿਮਾਰੀ ਨਾਲ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ ਅਤੇ ਡਾਕਟਰਾਂ ਵੱਲੋਂ ਉਸ ਦੀ ਬਿਮਾਰੀ ਲਈ 15 ਤੋਂ 20 ਲੱਖ ਦੀ ਵੱਡੀ ਰਾਸ਼ੀ ਦੀ ਮੰਗ ਕੀਤੀ ਗਈ ਹੈ ਕਿਉਂਕਿ ਪੀੜਿਤ ਗੌਰਵ ਇੱਕ ਮਿਡਲ ਫੈਮਿਲੀ ਨਾਲ ਸੰਬੰਧ ਰੱਖਦਾ ਹੈ ਅਤੇ ਪੀੜਿਤ ਪਰਿਵਾਰ ਦੇ ਲਈ ਇਹ ਰਾਸ਼ੀ ਇਕੱਠੀ ਕਰਨਾ ਉਹਨਾਂ ਦੇ ਸੋਚ ਤੋਂ ਵੀ ਬਾਹਰ ਹੈ। ਪੀੜਿਤ ਗੌਰਵ ਦੇ ਦੋਸਤਾਂ ਵੱਲੋਂ ਆਪਣੇ ਦੋਸਤ ਨੂੰ ਮੌਤ ਦੇ ਮੂੰਹ ਵਿੱਚੋਂ ਕੱਢਣ ਦੇ ਲਈ ਫਰਿਸ਼ਤੇ ਬਣ ਕੇ ਦਿਨ ਰਾਤ ਸੜਕਾਂ ਤੇ ਆ ਕੇ ਪੈਸੇ ਇਕੱਠੇ ਕਰ ਰਹੇ ਨੇ। ਸਾਰਿਆਂ ਤੋਂ ਇਹੀ ਬੇਨਤੀ ਕਰਦੇ ਹਾਂ ਕਿ ਵੀ ਸਾਨੂੰ ਜੋ ਵੀ ਵੱਧ ਤੋਂ ਵੱਧ ਉਹ ਆਪਣਾ ਟਾਈਮ, ਆਪਣੀ ਦੁਆ, ਆਪਣੀ ਜੇਬ 'ਚੋਂ ਜੋ ਵੀ ਦਸਵਾਂ ਹਿੱਸਾ ਦੇ ਸਕਦੇ ਨੇ, ਉਹਦੀ ਜ਼ਿੰਦਗੀ ਬਚ ਸਕੇ, ਉਹਦੇ ਕਰਕੇ ਅਸੀਂ ਸਾਰੇ ਇਕੱਠੇ ਹੋਏ ਹਾਂ ਅਤੇ ਉਹਦੇ ਵਾਸਤੇ ਅਸੀਂ ਜਿਹੜਾ ਹੁਣ ਤੱਕ ਅਸੀਂ ਇਕੱਠਾ ਕਰ ਪਾਏ ਹਾਂ ਉਹ 7 ਤੋਂ 8 ਲੱਖ ਰੁਪਇਆ ਅਸੀਂ ਇਕੱਠਾ ਕਰ ਚੁੱਕੇ ਹਾਂ। ਸਾਨੂੰ 10 ਦਿਨ ਹੋ ਗਏ ਲਗਾਤਾਰ ਇਸੇ ਚੀਜ਼ ਦੇ ਉੱਤੇ ਕੰਮ ਕਰਦੇ ਨੇ। ਅਸੀਂ ਉਹਦੇ ਵਾਸਤੇ ਹਰ ਪਾਸੇ ਗੁਹਾਰ ਲਗਾਈ ਆ, ਇੱਥੇ ਤੱਕ ਕਿ ਆਪਣੀ ਇੰਡਸਟਰੀ ਦੇ ਵਿੱਚ ਵੀ ਜੋ ਵੀ ਜਿਹਦੇ ਨਾਲ ਵੀ ਸਾਡਾ ਲਿੰਕ ਹੈ, ਅਸੀਂ ਉਹਨਾਂ ਨਾਲ ਵੱਡੇ ਉੱਚੇ ਜਿੰਨੇ ਵੀ ਬੰਦੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਜੋ ਵੀ ਕੁਛ ਉਹ ਆਪਣੀ ਹੈਲਪ ਕਰ ਸਕਣ। ਉਹਨਾਂ ਨੇ ਸਾਨੂੰ ਕੀਤਾ, ਕੋਈ ਕਿਸੇ ਦਾ ਵੀ ਇਹ ਨਹੀਂ ਕਿਸੇ ਨੇ ਕਿਹਾ ਕਿ ਹਾਂਜੀ ਮੇਰੀ ਜੇਬ ਨਹੀਂ, ਬਟ ਜੋ ਵੀ ਹੈ ਕਿਸੇ ਨੇ 100 ਦਿੱਤਾ, ਕਿਸੇ ਨੇ 200, ਕਿਸੇ ਨੇ 500, ਕਿਸੇ ਨੇ 5000, ਉਹ ਸਾਰਾ ਉਹਦੇ ਅਕਾਊਂਟ ਦੇ ਵਿੱਚ ਰੋਜ਼ ਹੀ ਰੋਜ਼ ਪੈ ਰਿਹਾ। ਤੁਸੀਂ ਨਾਭਾ ਨਿਵਾਸੀ ਰੋਜ਼ਾਨਾ ਫੇਸਬੁੱਕ 'ਤੇ ਵੀ ਆਉਂਦਾ ਹੈ, ਹੋਰ ਵੀ ਆਉਂਦਾ ਹੈ, ਔਰ ਤੁਸੀਂ ਇੰਨੇ ਸ਼ਹਿਰ ਵਾਲੇ ਇਕੱਠੇ ਹੋ ਕੇ ਇੰਨਾ ਕਰ ਰਹੇ ਹੋ ਉਹ ਲੜਕੇ ਵਾਸਤੇ ਬਹੁਤ ਹੀ ਪਰਉਪਕਾਰ ਹੈ। ਜਿਹੜਾ ਬੰਦਾ ਵਿੱਚ ਹੈਲਪ ਕਰੂਗਾ ਉਹ ਵੀ ਪਰਮਾਤਮਾ ਵੱਲੋਂ ਅਸੀਂ ਕਹਿੰਦੇ ਹਾਂ, ਉਹਨੂੰ ਬਹੁਤ ਹੀ ਦੁਆ ਦਿੰਦੇ ਹਾਂ। ਬਾਕੀ ਹੈ ਵੀ ਜਿੰਨਾ ਤੁਸੀਂ ਕਰ ਰਹੇ ਹੋ ਬਹੁਤ ਵਧੀਆ, ਪਰ ਜਾ ਜੋ ਚੱਕਿਆ ਜੀ ਇਹ ਆਪਣਾ ਕਦਮ ਇਹ ਬਹੁਤ ਅੱਛਾ ਕਦਮ ਹੈ ਸ਼ਹਿਰ ਵਾਸਤੇ। ਗੌਰਮੈਂਟ ਪੂਰੀ ਹੈਲਪ ਕਰਨੀ ਚਾਹੀਦੀ ਹੈ, ਔਰ ਮੈਂ ਤੁਹਾਨੂੰ ਵੀ ਐਡਵਾਈਸ ਕਰਾਂਗਾ ਤੁਸੀਂ ਵੀ ਕਿਸੇ ਵੇਲੇ ਕਲੱਬ 'ਚ ਜਾ ਕੇ ਇਸ ਬੱਚੇ ਬਾਰੇ ਤੁਹਾਨੂੰ ਜ਼ਿਆਦਾ ਹੈਲਪ ਮਿਲੂਗੀ ਜੀ। ਇਸ ਤੋਂ ਨਾਭਾ ਤੋਂ ਬਿਰਚ ਖਾਨ ਦੀ ਰਿਪੋਰਟ, ਚੈਨਲ 2।